अज तक सरकार ने आज़ादी तो बाद अज तक इन्होंने हड़ रोकण का कोई इंतजाम नहीं किया जिहड़ा बड़ा दुखदाय है। पहली पंचवर्षीय योजना के जिहड़ा है खेती ते 14% बजट खर्च सी, हुण 1% तो भी घट आ गया। तो बजट खर्च करन दी लोड़ है सिंचाई बाढ़ नूं रोकण वास्ते। इहदे इन्ने अकल दे अंधे ने चीके दे विच ਘੱਗਰ ਡਾਂਗਰੀ ਮਾਰਕੰਡਾ ਅਤੇ ਪਟਿਆਲੇ ਦੀ ਨਦੀ ਚਾਰ ਨਦੀਆਂ ਇਕੱਠੀ ਹੋ ਕੇ ਘੱਗਰ ਬਣ ਜਾਂਦੀ ਹੈ। ਉੱਥੇ ਹੰਸੀ ਬਟਾਉਣਾ ਨਹਿਰ ਘੱਗਰ ਦੇ ਉੱਤੇ ਨੂੰ ਕੱਢਤੀ, ਘੱਗਰ ਬੰਦ ਕਰਤੀ, ਘੱਗਰ ਦੇ ਅੱਗੇ ਦੀਵਾਰ ਕਰਤੀ, ਥੱਲੇ ਨੂੰ ਕੱਢਤੀ ਘੱਗਰ, ਉਹ ਥੱਲੇ ਨੂੰ ਸਿੱਟ ਪੈ ਗਿਆ, ਬੰਦ ਹੋ ਜਾਂਦੀ ਹੈ। ਕਿੰਨੇ ਕੋਲ ਪਾਣੀ ਨਿਕਲੇਗਾ ਜੀ ਥੱਲੇ ਨੂੰ? ਇਹ ਕੋਈ ਸੰਤੋਸ਼ਜਨਕ ਮੁਆਵਜ਼ਾ ਨਹੀਂ ਹੈ। ਉਹਨਾਂ ਬਿਆਨ ਦਿੱਤਾ ਵੀ 18,000 ਏਕੜ ਖਤਮ ਹੋਈ ਹੈ। ਮਤਲਬ ਮੈਂ ਇਹ ਕਹਾਂਗਾ ਫਿੱਟੇ ਮੂੰਹ ਇਹਨਾਂ ਦਾ, ਕਹਿੰਦੇ ਹਨ ਹੁਣ 2,00,000 ਏਕੜ ਦੇ ਖੇਤਰ 'ਚ ਖਰਾਬ ਹੋਈ। ਇਹ ਕਹਿੰਦੇ ਜਿਹੜੀ ਖਰਾਬ ਹੋ ਗਈ ਤਾਂ ਦੁਬਾਰੇ ਲਾ ਦਿੱਤੀ, ਉਹਦਾ ਅਸੀਂ ਮੁਆਵਜ਼ਾ ਨਹੀਂ ਦੇਣਾ। ਬਈ 15,000 ਦਾ ਨੁਕਸਾਨ ਤਾਂ ਉਹਦਾ ਵੀ ਹੋ ਗਿਆ, ਉਹਨੂੰ 15,000 ਦੇ ਦਿਓ, ਜਿਹੜਾ ਬਿਲਕੁਲ ਦੁਬਾਰੇ ਲੱਗਣੀ ਹੋਈ ਨਹੀਂ ਉਹਨੂੰ ਤੁਸੀਂ 40,000 ਦਿਓ। ਗੰਨਾ ਉਹਦਾ 1,00,000 ਦਿਓ, ਜਿਹਦਾ ਬੋਰ ਬਹਿ ਗਿਆ ਉਹਦਾ ਕੋਈ ਮੁਆਵਜ਼ਾ ਅਨਾਊਂਸ ਹੀ ਨਹੀਂ ਕੀਤਾ, ਉਹਦਾ ਤਾਂ ਕਈ 4,00,000 ਦਾ ਨੁਕਸਾਨ ਹੋ ਗਿਆ। ਅਤੇ 2,00,000 ਰੁਪਏ ਦਿਓ ਜਿਹਦਾ ਬੋਰ ਬੈਠ ਗਿਆ, ਅਤੇ 3,00,000 ਦਿਓ ਜਿਹਦਾ ਮੋਟਰ ਵੀ ਵਿੱਚੇ ਰਹਿ ਗਈ ਹੈ, ਜੇ ਟਿਊਬਵੈੱਲ ਦਾ ਕੋਠਾ ਪੈ ਗਿਆ ਉਹਦੇ ਦਿਓ, ਕਿਸੇ ਦਾ ਮਕਾਨ ਗਿਰ ਗਿਆ ਉਹਦੇ ਦਿਓ। ਹੁਣ ਮਤਲਬ ਕਈ ਬਸਤੀਆਂ ਸੀ ਉਹਨਾਂ 'ਚ ਪਾਣੀ ਭਰ ਗਿਆ, ਉਹਨਾਂ 'ਚ ਮਕਾਨ ਬਹਿ ਗਏ ਨੇ, ਉਹਨਾਂ ਦਾ ਸਮਾਨ ਵੀ ਖਰਾਬ ਹੋ ਗਿਆ, ਗਰੀਬ ਲੋਕ ਨੇ, ਉਹਨਾਂ ਨੂੰ ਦਿਓ ਮੁਆਵਜ਼ਾ, ਕਿੱਥੋਂ ਰੋਟੀ ਖਾਣਗੇ? ਇਹਨਾਂ ਨੂੰ ਜਿਹੜਾ ਹੈ ਇਹ ਸੈਂਟਰ ਗੌਰਮੈਂਟ ਨੂੰ ਪੋਲਿਸੀ ਬਣਾਉਣੀ ਚਾਹੀਦੀ। ਇਹ ਸਟੇਟਾਂ ਦਾ ਮੈਟਰ, ਕਿਉਂਕਿ ਸਟੇਟਾਂ ਦਾ ਕਈ ਵਾਰੀ ਝਗੜਾ ਹੁੰਦਾ ਹੈ ਬਈ ਉਹੀ ਨਦੀ ਪੰਜਾਬ ਦੇ ਵਿੱਚ ਵੀ ਆ, ਉਹੀ ਨਦੀ ਹਰਿਆਣੇ ਦੇ ਵਿੱਚ ਵੀ, ਅੱਗੇ ਉਹੀ ਨਦੀ ਰਾਜਸਥਾਨ 'ਚ ਵੀ ਚਲੀ ਗਈ, ਪਿੱਛੋਂ ਨਦੀ ਹਿਮਾਚਲ 'ਚੋਂ ਆਈ, ਠੀਕ ਹੈ। ਅਤੇ ਇੱਕ ਸਟੇਟ ਦਾ ਦੂਜੇ ਸਟੇਟ 'ਚ ਕਈ ਵਾਰੀ ਤਾਲਮੇਲ ਨਹੀਂ ਪੈਂਦਾ, ਇਹ ਤਾਂ ਸੈਂਟਰ ਨੂੰ ਬਦਲ ਦੇਣਾ ਚਾਹੀਦਾ ਹੈ। ਹੜ੍ਹਾਂ ਦਾ ਪੰਜਾਬ ਦੇ ਨਾਲ ਨਾਲ ਹਰਿਆਣੇ ਦੇ ਵਿੱਚ ਵੀ ਵੱਡਾ ਨੁਕਸਾਨ ਹੋਇਆ, ਔਰ ਨੁਕਸਾਨ ਹਜੇ ਵੀ ਜਾਰੀ ਹੈ, ਕਿਉਂਕਿ ਜਿਵੇਂ ਪਾਣੀ ਉੱਤਰ ਰਿਹਾ ਉਸੇ ਤਰੀਕੇ ਦੇ ਨਾਲ ਪਤਾ ਲੱਗ ਰਿਹਾ ਕਿ ਆਹ ਵੀ ਚੀਜ਼ਾਂ ਤਬਾਹ ਹੋ ਗਈਆਂ। ਫਸਲ ਦੇ ਨਾਲ ਨਾਲ ਹੋਰ ਵੀ ਵੱਡੇ ਨੁਕਸਾਨ ਹੋਏ ਨੇ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਹਰੀਆ ਚੰਡੀਗੜ੍ਹ ਪਹੁੰਚੇ ਨੇ। ਚੜੂਨੀ ਸਾਹਿਬ, ਕੀ ਮੰਨਦੇ ਹੋ ਜਿਹੜੀ ਹੁਣ ਸਥਿਤੀ ਹੈ ਕਿਵੇਂ ਦੀ ਹੈ, ਔਰ ਕੀ ਮੰਗ ਕਰ ਰਹੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਜਿਹੜੀ ਹੁਣ ਸਥਿਤੀ ਹੈ? ਦੇਖੋ, ਹੜ੍ਹ ਜਿਹੜਾ ਹੈ ਬੜੇ ਵਾਰੀ ਆਉਂਦਾ ਹੈ ਅਤੇ ਤਬਾਹੀ ਮਚਾਉਂਦਾ ਹੈ। ਇਸ ਵਾਰੀ ਤਾਂ ਖੈਰ ਬਹੁਤ ਜ਼ਿਆਦਾ ਹੀ ਆਇਆ ਅਤੇ ਤਬਾਹੀ ਵੀ ਜਿਹੜੀ ਹੈ ਬੇਹਿਸਾਬ ਹੈ। ਪਰ ਗੱਲ ਇਹ ਹੈ ਕਿ ਵੀ ਅੱਜ ਤੱਕ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਅੱਜ ਤੱਕ ਇਹਨਾਂ ਨੇ ਹੜ੍ਹ ਰੋਕਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ, ਜਿਹੜਾ ਬੜਾ ਦੁਖਦਾਈ ਹੈ। ਪਹਿਲੀ ਪੰਚਵਰਸ਼ੀਏ ਯੋਜਨਾ ਦੇ ਵਿੱਚ ਜਿਹੜਾ ਹੈ ਖੇਤੀ 'ਤੇ 14% ਬਜਟ ਖਰਚ ਸੀ, ਹੁਣ 1% ਤੋਂ ਵੀ ਘੱਟ ਆ ਗਏ। ਅਤੇ ਬਜਟ ਖਰਚ ਕਰਨ ਦੀ ਲੋੜ ਹੈ ਸਿੰਚਾਈ ਬਾੜ੍ਹ ਨੂੰ ਰੋਕਣ ਵਾਸਤੇ। ਜਿਹੜੀ ਬਰਸਾਤੀ ਨਦੀਆਂ ਹੈ, ਘੱਗਰ ਹੈ, ਡਾਂਗਰੀ ਹੈ, ਮਾਰਕੰਡਾ, ਯਮੁਨਾ, ਇਹਨਾਂ ਦੀ ਕੋਈ ਕੈਮੀ ਤੈਅ ਨਹੀਂ ਹੈ ਵੀ ਇਹਨਾਂ ਦੀ ਆਪਣੀ ਜ਼ਮੀਨ ਕਿਹੜੀ ਹੈ, ਕੋਈ ਜ਼ਮੀਨ ਨਹੀਂ। ਇਹਦੇ 3-4 ਇੰਤਜ਼ਾਮ ਕਰਨੇ ਚਾਹੀਦੇ। ਪਹਿਲੀ ਗੱਲ ਤਾਂ ਇਹ ਜ਼ਮੀਨ ਇਕੁਆਇਰ ਕਰਨ ਵੀ ਆਹ ਜ਼ਮੀਨ ਜਿਹੜੀ ਹੈ ਘੱਗਰ ਦੀ ਹੈ, ਅਤੇ ਉਸ ਨੂੰ ਡੂੰਘਾ ਪੱਟਣ, ਕਿਉਂਕਿ ਬੜੀ ਢਲਾਣ ਹੈ, ਕੋਈ ਨਿਸ਼ਾਨਦੇਹੀ ਨਹੀਂ। ਜਿੱਥੇ ਘੱਗਰ ਜਿਹੜਾ ਹੈ ਉਹ 700-800 ਫੁੱਟ ਦੇ ਵਿੱਚ ਸੀ, 600-700 ਫੁੱਟ ਦੇ ਵਿੱਚ ਸੀ, ਅਤੇ ਉਹ ਘੱਗਰ ਅੱਜ 30 ਫੁੱਟ ਦੇ ਵਿੱਚ ਰਹਿ ਗਿਆ। ਕਿਉਂ? ਉਹ ਘੱਗਰ ਦੀ ਆਪਣੀ ਕੋਈ ਜ਼ਮੀਨ ਰੱਖੀ ਹੋਈ ਨਹੀਂ, ਅਤੇ ਮਾਈਨਿੰਗ ਸਰਕਾਰ ਨੇ ਬੰਦ ਕਰਤੀ, ਉਹ ਪੈਂਦੀ ਉੱਚੀ ਹੋ ਗਈ, ਅੱਜ 30 ਫੁੱਟ ਦੇ ਵਿੱਚ ਇੱਕ ਨਾਲਾ ਬਣ ਗਿਆ, ਘੱਗਰ ਦਾ ਨਦੀ ਦਾ ਨਾਲਾ ਬਣ ਗਿਆ, ਉਹੀ ਹਾਲ ਮਾਰਕੰਡੇ ਦਾ ਅਤੇ ਬਾਕੀ ਨਦੀਆਂ ਦਾ ਹੋ ਗਿਆ। ਅਤੇ ਇਹਨਾਂ ਦੀ ਕੈਮੀ ਤੈਅ ਕਰੋ, ਫਿਰ ਉਹਨੂੰ ਡੂੰਘਾ ਪੱਟੋ, ਕਿਉਂਕਿ ਬੜੀ ਢਲਾਣ ਹੈ ਪਹਾੜ ਤੋਂ ਲੈ ਕੇ ਸਮੁੰਦਰ ਤੱਕ, ਉਹਨੂੰ ਡੂੰਘਾ ਪੱਟੋ। ਉੱਤੇ ਧਰਤੀ ਦੇ ਉੱਤੇ ਕਿਉਂ ਚੱਲਦੀ ਹੈ? ਉਹ ਧਰਤੀ ਦੇ ਥੱਲੇ ਚੱਲੇ, 10 ਫੁੱਟ ਪੱਟੋ, 20 ਫੁੱਟ ਪੱਟੋ, 5 ਫੁੱਟ ਪੱਟੋ, ਜਿੰਨੀ ਲੋੜ ਹੈ ਉਹਦੇ 'ਚ ਰਹੇ। ਅਤੇ ਜਿਹੜੇ ਕਿਨਾਰੇ ਨੇ ਉਹ ਸਮਿੰਟਡ ਕਰੋ, ਉੱਚੇ ਕਰੋ, ਮਤਲਬ ਟੁੱਟਣ ਦਾ ਤਾਂ ਜਿੱਥੇ 1,00,000 ਕਿਊਸਿਕ ਪਾਣੀ ਆਉਂਦਾ ਹੈ ਜਸਟ, ਉੱਥੇ 1,50,000 ਕਿਊਸਿਕ ਦਾ ਬਣਾਓ ਤੁਸੀਂ ਇੰਤਜ਼ਾਮ। ਜੇ 10 ਫੁੱਟ ਡੂੰਘੀ ਰੱਖਣੀ ਹੈ ਅਤੇ ਜੇ ਸਿਲਟ ਪੈਂਦੀ ਹੈ ਤਾਂ ਉਹਨੂੰ ਹਰ ਸਾਲ ਚੁਕਾਓ। ਇਹਨਾਂ ਨੂੰ ਉਲਟਾ ਮਾਈਨਿੰਗ ਬੰਦ ਕਰਤੀ, ਅਤੇ ਇਹ ਜਿਹੜੇ ਕਾਰਨ ਨੇ। ਅਤੇ ਦੂਜਾ ਕਾਰਨ ਇਹ ਹੈ ਕਿ ਵੀ ਜੇ ਪਾਣੀ, ਹੜ੍ਹ ਦਾ ਪਾਣੀ ਬਾਹਰ ਆ ਗਿਆ, ਫਿਰ ਅੱਗੇ ਸੜਕਾਂ ਆ ਗਈਆਂ, ਜਿੰਨੇ ਮਾਰਕੀਟ ਕਮੇਟੀ ਦੀ ਰੋਡ ਨੇ, ਜਿੰਨੇ PWDL ਨੇ ਲੋਕਲ ਸੜਕਾਂ ਬਣਾਈਆਂ, ਉਹਦੇ 'ਚ ਪੁਲੀਆਂ ਹੀ ਨਹੀਂ ਰੱਖੀਆਂ, ਹਰ 200 ਫੁੱਟ 'ਤੇ ਪੁਲੀ ਰੱਖੋ। ਜਿੱਥੇ ਇਹ ਹਾਈਵੇ ਨੇ, ਫਰਜ਼ ਕਰੋ ਤੁਸੀਂ ਅੰਗਰੇਜ਼ਾਂ ਦੇ ਟਾਈਮ ਦੇ ਹਾਈਵੇ ਦੇਖੋ, ਤੁਸੀਂ GT ਰੋਡ ਦੇਖੋ,
हर 2-3 किलोमीटर से तुम्हें पुल मिलेगा। तो हूँ जोड़े रोड बना रहे हैं 15-15 फुट उच्चे 20 किलोमीटर च एक पुल भी नहीं है, डुबण गए तो हूँ। हाँ तो मतलब ये जड़े ने कोई प्लानिंग नहीं इन्हों की, तो उस करके हड़ ज़्यादा आते हैं। तो ये इन्ने अकल के अंधे ने चीके दे घग्गर डांगरी मारकंडा तो एक पटियाले नदी, चार नदियाँ कट्ठी हो गई घग्गर बन जाती है। उत्थे हंसी बटाणा नहर घग्गर के उत्ते कटती घग्गर बंद करती, घग्गर के अगे दीवार करती थले कटती घग्गर, हूँ थले सिल्ट पै गए बंद हो जाती है। किन्ने को पानी निकलेगा थले थले सारा घग्गर का पानी निकल ही नहीं सकता, घग्गर से बेहसाबा पानी चार नदियाँ कट्ठी होगी चार तो कटती थले। होना यह चाहिए सी कि हंसी बटाणा थले कट दे ते बाकी उपर जाती घग्गर उपर नहीं जाती। पिछे रुकते पिंड 8-8 फुट पानी तबाह करके रखता सारा एरिया, इन्हें कोई प्लानिंग ही है नहीं। इस प्लानिंग के नाल सड़न नूं रोकिया जाना चाहिए। हरियाणा सरकार ने तो मुआवजा भी जारी किया जी किसानों के लिए, और तुहाडी की मंग है? नहीं ये कोई संतोषजनक मुआवजा नहीं है, उन्होंने बयान दिता भी 18,000 एकड़ खत्म हुई है। मतलब मैं यही कहगा फिटे मूह इन्हों का कहें आता 2.25 लाख एकड़ तो कुरुक्षेत्र खराब हुई, ये कहते जी खराब होगी तो दुबारे लाती वह तो अभी मुआवजा नहीं देना। भाई 15,000 का नुकसान तो वह भी हो गया, उन्होंने 15,000 दे दौ, जो बिल्कुल दुबारे लगनी ही नहीं उन्होंने 40,000 दौ, गन्ना वह 1 लाख दौ, जिदा बोर बह गया वह कोई मुआवजा अलाउंस ही नहीं किया, उदा ते कई 4 लाख का नुकसान हो गया। तो 2 लाख रुपये दो जी का बोर बैठ गया, तो 3 लाख दो जी का मोटर भी बिचे रह गई है, जे ट्यूबवैल का कोठा बह गया वो दे दो, किसी का मकान गिर गया वो दे दो। हुण मतलब कई बस्तियां सी उन्हां च पानी पड़ गया, उन्हां च मकान बह गए ने, उन्हां दा समान भी खराब हो गया, गरीब लोग ने उन्होंने दे कितों रोटी खाणगे। तो ये सारी चीज़ है भी हुण गन्ना है, गन्ना 3 फसलों के बराबर कला ही होंदा है, उदा ही 15,000 दिन कि की हो गया जी, वो 1 लाख दो, ये सारा जड़ा है इन्होंने देना चाहिए। साहब ये भी है कि घग्गर दोनों पासे मार पाँगा, पंजाब भी मार करता जो घग्गर का फ्लो है, तो वह हरियाणे वाले पासे भी नुकसान करता। तो सुप्रीम कोर्ट दी गाइडलाइनस है कि दोनों सरकार जो फैसला लैन कई सालों तो लटकया तो इनू मजबूत करू लैके कोई एजुटेशन जो इस तरह का करोगे भी चलो कम से कम सुप्रीम कोर्ट की सरकार गल मन लैनी चाहिए? मैं कह रहा जो सुप्रीम कोर्ट के नहीं मानते साड़ी की मन लेंगे, साढ़े एजुटेशन करने की हो जाएगा? उत्थे इस बार पानी टुटन तो विवाद भी बनया है जी, उत्थे जिहड़ा घग्गर के पिंड ने घग्गर ने जो तबाही मचाई तो आपसी पिंडा दे विच हरियाणे की सरकार कहती है ना झगड़ा होया जी। मैं तुम्हें सड़क कह रहा सड़क मैं अपने पिंड 3 बारी SDM बुला लिया, इधर 3 फुट ज़्यादा है पानी, अगली सड़क तो दूजे पास 3 फुट घट है, नहीं कट्ट देंगे। तो की कोई सरकार की पॉलिसी है नहीं? तो आ जड़ा तुम कह रहे हो सुप्रीम कोर्ट का ऑर्डर, सुप्रीम कोर्ट का ऑर्डर तो मतलब जो सुप्रीम कोर्ट ने मनते फिर की बाकी बच गया? इन्हों जो है ये सेंटर गौरमेंट को पॉलिसी बनानी चाहिए, ये स्टेटा का मैटर क्योंकि स्टेटा का कई बार झगड़ा होंगे है भाई, उ नदी पंजाब के भी है, उ नदी हरियाणा के भी, अगे उ नदी राजस्थान च भी चली गई, पिछों नदी हिमाचल चो आई है, ठीक है। तो एक स्टेट का दूजे स्टेट कई बार तालमेल नहीं पैंता, ये तो सेंटर को बजट देना चाहिए।